ਮਾਰਨਿੰਗ ਜੀ ਸਾਰਿਆਂ ਨੂੰ, ਕਿਵੇਂ ਹੋ ਸਾਰੇ? ਉਮੀਦ ਕਰਦੇ ਵਧੀਆ ਹੋਵੋਗੇ। ਅਤੇ ਰਾਤ ਡਨ ਹੋ ਗਿਆ ਸੀ ਦੁਕਾਨ ਦਾ ਕੰਮ, ਅਤੇ ਆਪਾਂ ਝਾੜੂ ਪੋਚਾ ਲਗਾਇਆ ਸੀ ਘੇਰਾ, ਅਤੇ ਹੁਣ ਆਪਾਂ ਰੋਟੀ ਖਾ ਕੇ ਚੱਲਦੇ ਹਾਂ। ਉਹ ਤੋਂ ਬਾਅਦ ਸਮਾਨ ਧਾਰਦੇ ਅਤੇ ਅੱਜ ਜਾਣਕਾਰੀ ਤੁਹਾਨੂੰ ਦਿੰਦੇ ਹਾਂ। ਅਤੇ ਬਣੇ ਰਹੋ ਵੀਡੀਓ ਨੂੰ, ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਅਤੇ ਵੀਡੀਓ ਨੂੰ ਕਰ ਦਿਓ ਲਾਈਕ। ਅਤੇ ਮਿਲਦੇ ਹਾਂ ਆਪਾਂ ਰੋਟੀ ਖਾ ਕੇ। ਚਲੋ ਜੀ, ਹੁਣ ਆਪਾਂ ਸਮਾਨ ਰੱਖਣ ਜਾ ਰਹੇ ਹਾਂ। ਅਤੇ ਆਪਾਂ ਸਮਾਨ ਧਰਾ ਤਾ ਘੇਰਾ, ਅਤੇ ਉਹ ਲੈ ਗਏ ਰੈਡੀ ਬਾਈਕ ਗਏ ਹੋਏ ਆ ਜੋ ਉੱਥੇ, ਅਤੇ ਦੂ ਬਾਅਦ ਬਠਿੰਡੇ ਚੱਲਦੇ ਹਾਂ, ਤੁਹਾਨੂੰ ਦਿਖਾ ਦਾਂਗੇ ਇੰਟਰਲੋਡ ਕਰਾ ਕੇ ਲਿਆਉਣਾ ਆਪਾਂ। ਉੱਥੇ ਯਾਰ ਗਰਮੀ ਬਹੁਤਾ, ਪੱਖਾ ਐਂ ਲੱਗਿਆ ਹੋਇਆ, ਗਰਮੀ ਤੁਹਾਨੂੰ ਪਤਾ ਵੀ ਨਹੀਂ ਹੈਗੀ, ਅਤੇ ਉੱਥੇ ਤਾਂ ਕਰਕੇ ਗਏ ਆਪਾਂ। ਅਤੇ ਸ਼ਾਮ ਨੂੰ ਚੱਲਾਂਗੇ ਜੇ ਪੱਖਾ ਪੁੱਖਾ ਲਾ ਤਾ, ਅਤੇ ਹੁਣ ਇੱਕ ਵਾਰ ਕਿਆ ਦਿਖਾ ਵੀ ਦਾ। ਲਓ ਜੀ, ਹੁਣ ਆਪਾਂ ਤਿਆਰ ਹੋ ਕੇ ਬਠਿੰਡੇ ਜਾਣ ਦੀ ਤਿਆਰੀ 'ਚ। ਟਾਈਮ ਦੇਖ ਲਓ, ਟਾਈਮ 12:45 ਹੋ ਚੁੱਕੇ ਨੇ, 12:45 ਕਿਤੇ 12:45, ਅਤੇ ਹੁਣ ਆਪਾਂ ਬਠਿੰਡੇ ਚੱਲਦੇ ਹਾਂ। ਅਤੇ ਤੁਹਾਨੂੰ ਆਪਾਂ ਪ੍ਰਿੰਟਰ ਸ਼ਾਇਦ ਲੋਡ ਕਰਵਾਉਣਾ, ਪਤਾ ਨਹੀਂ ਲੋਡ ਕਰਵਾਉਣਾ ਫੜਾ ਹੈ ਉਹ ਪਤਾ ਨਹੀਂ ਆ, ਬਾਕੀ ਆਪਾਂ ਤੁਹਾਨੂੰ ਉੱਥੇ ਆ ਕੇ ਆਪ ਹੀ ਅਲਫਾਜ਼ ਨਾਲ ਮਿਲਾਉਂਦੇ ਹਾਂ। ਚਲੋ ਬਣੇ ਰਹੋ। ਹੁਣ ਆਪਾਂ ਕੀ ਕਰੀਏ? ਮੇਰੇ ਵਾਲੀ ਲਓ ਜੀ, ਹੁਣ ਆਪਾਂ ਬਠਿੰਡੇ ਪਹੁੰਚ ਚੁੱਕੇ ਸੀ, ਅਲਫਾ ਨੇ ਤੁਸੀਂ ਮਿਲ ਲਿਆ ਹੋਣਾ, ਅਤੇ ਹੁਣ ਬਸ ਆਪਾਂ ਕੁਛ ਖਾ ਪੀ ਲਈਏ, ਫਿਰ ਦੇਖਦੇ ਹਾਂ ਕੀ ਮਾਹੌਲ ਹੈ। ਚਲੋ ਯਾਰ, ਤੁਹਾਨੂੰ ਇੱਕ ਚੀਜ਼ ਦਿਖਾਈ ਹੈ ਆਪਾਂ, ਨੀਲੀ ਸਟਰਿੰਗ। ਕੰਪਨੀ ਬਸ ਕਦੇ ਨੀਲੀ ਕਰ ਦਿੰਦੀ, ਉਹਨੂੰ ਲਾਲ ਕਰ ਦਿੰਦੀ ਵਾ, ਇਹੀ ਕੰਮ ਉਹਨਾਂ ਨੂੰ। ਕਿਹੜੀ ਕੰਪਨੀ ਦੇ ਵੀਰੇ ਹੋਈ? ਪੈਪਸੀ ਜੀ, ਆਊ ਤਾਂ ਪੈਪਸੀ ਪਈ ਹੈ, ਹੋਰ ਇਹਨਾਂ ਨੂੰ ਕੋਈ ਕੰਮ ਨਹੀਂ ਹੈਗਾ। ਏ ਫਿਊ ਮੋਮੈਂਟਸ ਲੇਟਰ, ਕੀ ਹੋ ਗਿਆ ਹੋਇਆ? ਥੱਲੇ ਨਾ ਆ ਜਾਓ ਕਿਤੇ, ਓਏ ਓਏ ਓਏ, ਮੈਂ ਵੀ ਆ ਗਿਆ। ਚਲੋ ਓਏ, ਇਹਦੀ ਮੈਡਮ ਨੂੰ ਆਖੀ ਚੰਗਾ ਕਿਆ ਕਰਦਾ ਜੇ ਭਾਪੇ ਕਿਉਂ ਨਹੀਂ ਕਰਕੇ। ਕੀ ਕਰਦਾ
ਬਈ ਬਾਏ ਬਾਏ ਆ ਫੜੀ ਤੂੰ ਆ ਫੜ ਲੈ ਤੇ ਦੋ ਜੇ ਤੇ ਦੋ ਆ ਫੜ ਲਾ ਆ ਓਏ ਐਂ ਫੜ ਲਾ ਇਹ ਛੱਡਿਆ ਮੈਂ ਆਪਣੀ ਭੇਜ ਭੇਜ ਕੇ ਮੈਡਮ ਨੂੰ ਕਹੀ ਕਿ ਉਹਨੂੰ ਦੱਸ ਵੀ ਮੈਂ ਠਹਿਰ ਕੇ ਛੱਡ ਕੇ ਆਂਦੀ ਤਾਂ ਕੱਲ ਮੰਮੀ ਆ ਕੇ ਫੜ ਲਾ ਦੋ ਤਿੰਨ ਆ ਰਬੜ ਕੇ ਮੈਨੂੰ ਫੜਾ ਦੇ ਕੀ ਗੱਲ ਹੋਵੇ ਇਹ ਲੈ ਗਈ ਟੱਕਣਾ ਇਹ ਅੜਦਾ ਨਹੀਂ ਸੀਗਾ ਬਿਨਾਂ ਰਬੜ ਤੋਂ ਆ ਗਈ ਚੱਲ ਜਾ ਚੱਲੀਏ ਹਾਂ ਚਲ ਆ ਜਾ ਆਇਆ ਜਾ ਭੱਜਿਆ ਗੱਡੀ ਆਈ ਜਾਂਦੀ ਹੈ ਪਲਫਾਣੀ ਹੜ ਗਿਆ ਰਿਹਾ ਚੁੱਕਿਆ ਅਤੇ ਆਪ ਨਹੀਂ ਕੰਮ ਕਰ ਰਹੀ ਆ ਟਿਊਸ਼ਨ ਦਾ ਮੈਡਮ ਨੇ ਕੰਮ ਪੂਰਾ ਕਰ ਦਿੱਤਾ ਨਾ ਹਜੇ ਪੇਪਰ ਚੱਲ ਰਹੇ ਹੈ ਨਾ ਕਰ ਲੇ ਮੈਡਮ ਬੁਲਾਈ ਜਾਂਦੀ ਹੈ ਕਰ ਲਾ ਛੇਤੀ ਕੰਮ ਕਾਹਦਾ ਪੇਪਰ ਆ ਕੱਲ੍ਹ ਨੂੰ ਹਾਂਜੀ ਆਪਾਂ ਇਸ ਤੋਂ ਬਾਅਦ ਘਰ ਆ ਗਏ ਸੀ ਪਿੰਡ ਤੋਂ ਜਾ ਕੇ ਅਤੇ ਆਪਾਂ ਇਹਨਾਂ ਦੇ ਗੁਆਂਢੀਆਂ ਦੇ ਘਰ ਗਏ ਅਤੇ ਇਹਦੇ ਬਾਂਹ 'ਤੇ ਨਾ ਕੁੜੀ ਦੇ 6:00 ਅਤੇ ਮੈਂ ਪੁੱਛਿਆ ਕੀ ਹੋਇਆ ਪਹਿਲਾਂ ਤਾਂ ਬੋਲੀ ਨਹੀਂ ਇਹ ਅਤੇ ਇਹਦੀ ਭੈਣ ਨੂੰ ਪੁੱਛਿਆ ਜਿਹੜੀ ਨਾਲ ਖੜੀ ਹੈ ਕਹਿੰਦੀ ਇਹ ਨਾ ਪੰਗੇ ਲੈ ਰਹੀ ਸੀ ਉੱਧਰ ਸਾਡੇ ਦੇਖ ਲਈਆਂ ਤੁਹਾਨੂੰ ਦਿਸਣੀਆਂ ਹੋਣਗੀਆਂ ਅਤੇ ਉਹਦੇ ਤੋਂ ਚੜ ਕੇ ਡਿੱਗ ਪਈ ਬਾਂਹ 'ਤੇ ਭਾਰ ਆ ਗਿਆ ਅਤੇ ਉਹਦੇ ਨਾਲ ਇਹਦੇ ਬਾਂਹ 'ਤੇ 6:00 ਅਤੇ ਹਜੇ ਵੀ ਮੈਂ ਬੁਲਾਈ ਜਾਂਦਾ ਹਜੇ ਵੀ ਬੋਲ ਨਹੀਂ ਰਹੀ ਅਤੇ ਹੁਣ ਵੀ ਝੂਟੇ ਲੈ ਰਹੀ ਆ ਖੜ ਕੇ ਅਤੇ ਸ਼ਰਾਰਤੀ ਬਹੁਤ ਹੈ 2000 years later ਇਹ ਆਪਣੀ ਦੁਕਾਨ ਹੈ ਕੈਮਰਾ ਸਾਹਿਬ ਨੂੰ ਕਹਿੰਦਾ ਵੀ ਮਾੜਾ ਜਿਹਾ ਕੈਮਰਾ ਘੁਮਾਓ ਅਤੇ ਦਰਸ਼ਨ ਕਰੋ ਇਹ ਹੈ ਜੀ ਆਪਣੀ ਬਾਜ਼ਾਰ ਦੇ ਵਿੱਚ ਦੁਕਾਨ ਦਿਖਾ ਦਿੰਦੇ ਹਾਂ ਇਹਦਾ ਉਹ ਸਾਹਮਣੇ ਬੈਂਕ ਦੀ ਦੁਕਾਨ ਆ ਉਹ ਵੀ ਸਾਹਮਣੇ ਗਾਹਾਂ ਜਾ ਕੇ NS ਸਕੂਲ ਆ ਜਾਂਦਾ ਅਤੇ ਉਹ ਦੁਬਾਰ ਇੱਕ ਹੋਰ ਕਲਾਰਾ ਪਿਆ ਹੋਇਆ ਕਨੈਕਸ਼ਨ ਜਿਹੜੀ ਕੋਈ ਨਹੀਂ ਮਿਲ ਰਹੀ ਅਤੇ ਨਾਲੇ ਪੱਖਾ ਪੁੱਖਾ ਲਾ ਕੰਮ ਆਪਾਂ ਕਰਾਂਗੇ ਹਾਂਜੀ ਇਹ ਸੀ ਅੱਜ ਦਾ ਵਲੌਗ ਵਧੀਆ ਲੱਗਿਆ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਮਿਲਦਾ ਅਗਲੇ ਵਲੌਗ ਦੇ ਵਿੱਚ ਟਿਲ ਦੈਨ ਗੁੱਡ ਬਾਏ ਫਰ ਨਾਊ